ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੋਸਟ ਆਫਿਸ ਵੱਲੋਂ ਆਈ ਨਵੀਂ ਸਕੀਮ 100 ਰੁਪਏ ਪਰਨ ਤੇ ਮਿਲਣਗੇ 16 ਲੱਖ ਸੂ ਵੱਡੀ ਖਬਰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਲਈ ਆਏ ਦਿਨ ਕੋਈ ਨਾ ਕੋਈ ਨਵੀਂ ਸਕੀਮ ਜਾ ਨਵੀਂ ਸਹੂਲਤ ਲੈ ਕੇ ਆ ਰਹੀ ਆ ਜਿਸ ਦੇ ਨਾਲ ਆਮ ਤੇ ਗਰੀਬ ਵਰਗ ਦੇ ਲੋਕਾਂ ਨੂੰ ਲਾਭ ਮਿਲ ਸਕੇ ਇਸ ਕਰਕੇ ਅੱਜ ਇਹ ਸਕੀਮ ਆਈ ਆ ਜਿਸ ਬਾਰੇ ਚਾਣਨਾ ਪਾਇਆ ਜਾ ਰਿਹਾ ਜੀ 100 ਰੁਪਏ ਲਾ ਕੇ ਤੁਸੀਂ ਲੱਖ ਕਮਾ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਕੋਈ ਐਸਤੀ ਵੈਸੀ ਸਕੀਮ ਨਹੀਂ ਇਹ ਸਕੀਮ ਪੋਸਟ ਆਫਸ ਵਾਲਿਆਂ ਦੀ ਆ ਜਿੱਥੇ ਜਾ ਕੇ ਤੁਸੀਂ 100 ਰੁਪਏ ਦੇਣੇ ਹਨ ਹਾਲਾਂਕਿ ਪਹਿਲਾਂ ਬੜੇ ਲੋਕ ਪੋਸਟ ਆਫਸ ਦੀਆਂ ਸਕੀਮਾਂ ਦਾ ਲਾਭ ਉਠਾਉਂਦੇ ਸੀ ਪਰ ਜਿਸ ਤਰ੍ਹਾਂ ਨਾਲ ਹਾਈ ਟੈਕ ਜਮਾਨਾ ਹੋ ਗਿਆ ਲੋਕ ਬਹੁਤ ਘੱਟ ਪੋਸਟ ਆਫਿਸ ਜਾਣਾ ਚਾਹੁੰਦੇ ਨੇ ਤੇ ਚੱਲ ਰੀਆਂ ਸਕੀਮਾਂ ਬਾਰੇ ਜਾਣੂ ਨਹੀਂ ਹੁੰਦੇ ਇਸ ਸਕੀਮ ਦੇ ਤਹਿਤ ਤੁਸੀਂ ਪੈਸਾ ਲਾ ਸਕਦੇ ਹੋ ਜਿੱਥੇ ਤੁਹਾਨੂੰ ਬੜਾ ਫਾਇਦਾ ਮਿਲੇਗਾ ਦੱਸਿਆ ਜਾ ਰਿਹਾ ਹੈ ਕਿ ਕਮਾਈ ਹੋਈ ਰਾਸ਼ੀ ਦੇ ਵਿੱਚੋਂ ਸਿਰਫ 100 ਰੁਪਏ ਇਨਵੈਸਟ ਕਰਨਾ ਜਿਸ ਦੇ ਬਾਅਦ ਲੱਖਾਂ ਦਾ ਲਾਭ ਉਠਾਇਆ ਜਾ ਸਕਦਾ ਹੈ ਜੀ ਮੋਦੀ ਸਰਕਾਰ ਦਾ ਐਲਾਨ ਕਰਿਆ ਤਾਂ ਜੋ ਬਜ਼ੁਰਗ ਉਮਰ ਦਾ ਸਮਾਂ ਤੁਸੀਂ ਇਹਨਾਂ ਪੈਸਿਆਂ ਨੂੰ ਆਸਾਨੀ ਨਾਲ ਕਢਾ ਸਕਦੇ ਹੋ ਇੱਕ ਤਰ੍ਹਾਂ ਦੇ ਨਾਲ ਲੋਕਾਂ ਦਾ ਫਾਇਦਾ ਕਰਨ ਵਾਲੀ ਸਕੀਮ ਹੈ ਦੋਸਤੋ ਜਾਦੀ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਵੱਡੀ ਵੀਡੀਓ ਚੈੱਕ ਕਰ ਸਕਦੇ ਹੋ ਧੰਨਵਾਦ